ਕਲਾਸ 8th ਵਾਲਿਆਂ ਦਾ ਜਿਹੜਾ ਕਿ ਤੁਹਾਡਾ ਇੰਗਲਿਸ਼ ਦਾ ਪੇਪਰ ਹੈ ਉਹ ਦੇਖਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਸਾਰੇ ਹੀ ਕੁਐਸਚਨ ਬਹੁਤ ਇੰਪੋਰਟੈਂਟ ਨੇ ਪੀਐਸਸੀਬੀ ਬੋਰਡ ਵੱਲੋਂ ਜਿਹੜਾ ਕਿ ਪੇਪਰ ਜਾਰੀ ਹੋਏ ਤੁਹਾਡੇ ਟੀਚਰ ਸ਼ਾਇਦ ਇਸ ਦੇ ਵਿੱਚੋਂ ਹੀ ਪੇਪਰ ਬਣਾਣ 8th ਕਲਾਸ ਦਾ ਇੰਗਲਿਸ਼ ਦਾ ਠੀਕ ਹੈ ਚਲੋ ਆਪਾਂ ਦੇਖਦੇ ਹਾਂ ਫਸਟ ਤੁਹਾਨੂੰ ਇੱਕ ਪੈਰਾਗ੍ਰਾਫ ਆਊਗਾ ਜਿਹੜੇ ਬੱਚਾ ਨੈਟੀ ਦੇ ਵਿੱਚੋਂ 80 ਲੈਣੇ ਨੇ ਉਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਗੇ ਤੇ ਜਿਨ੍ਹਾਂ ਨੇ ਪਾਸ ਹੋਣ ਜੋਗਾ ਦੇਖਣਾ ਹੈ ਮੈਂ ਉਹਨਾਂ ਲਈ ਖੋਰ ਵੀਡੀਓ ਬਣਾਉਗੀ ਪਰ ਇਹ ਵਾਲੀ ਵੀਡੀਓ ਨੂੰ ਵੀ ਐਂਡ 'ਚ ਦੇਖੋ ਇਸ ਦੇ ਵਿੱਚ ਉਸ ਦਾ ਲਿੰਕ ਹੋਊਗਾ ਕਿਉਂਕਿ ਉਹ ਮੈਂ ਸਿਰਫ ਆਪਣੇ ਮੈਂਬਰਸ ਲਈ ਲਗਾਈ ਹੁੰਦੀ ਆ ਤਾਂ ਤੁਸੀਂ ਲਈ ਉਸ ਲਈ ਜੁਆਇਨ ਕਰ ਲਓ ਠੀਕ ਹੈ ਨੈਕਸਟ ਜਿਹੜਾ ਹੈਗਾ ਪਹਿਲਾ ਸਾਨੂੰ ਪੈਰਾਗ੍ਰਾਫ ਆਊਗਾ ਵੈਲੀ ਆਫ ਫਲਾਵਰਸ ਇਜ਼ ਅ ਨੈਸ਼ਨਲ ਪਾਰਕ ਉੱਤਰਾਖੰਡ ਇੰਡੀਆ ਨੈਸਲੈਂਡ ਇਨ ਦੀ ਵੈਸਟਰਨ ਹਿਮਾਲਿਆਨ ਦੀ ਵੈਲੀ ਇਸ ਲੋਕੇਟਿਡ ਐਟ ਐਨ ਐਲਟਿਟਿਊਡ ਆਫ 3600 ਮੀਟਰਸ ਅਬੋਵ ਸੀ ਲੈਵਲ ਐਂਡ ਇਸ ਫੇਮਸ ਚਾਰਮਿੰਗ ਮੇਨ ਤਾਂ ਤੁਸੀਂ ਇਹ ਸਾਰਾ ਪੈਰਾਗ੍ਰਾਫ ਜਿਹੜਾ ਹੈ ਕਿ ਰੀਡ ਕਰਨਾ ਹੈ ਫਿਰ نیچے ਤੁਹਾਨੂੰ ਕੁਸ਼ਲ ਦਿੱਤਾ ਹੋਣਗੇ ਵੇਅਰ ਇਜ਼ ਦੀ ਵੈਲੀ ਆਫ ਫਲਾਵਰ ਲੋਕੇਟਿਡ ਤਾਂ ਵੇਅਰ ਵੈਲੀ ਆਫ ਫਲਾਵਰ ਇਜ਼ ਲੋਕੇਟਿਡ ਕਿੱਥੇ ਹੈਗੇ ਉਤਰਾਖੰਡ ਚ ਤਾਂ ਤੁਸੀਂ ਕਿਸ ਚਲਾ ਉਤਰਾਖੰਡ ਤੇ ਕਿੰਨੇ ਆਪਾ ਹੈਗੇ 3600 ਮੀਟਰ ਸਾਈਜ਼ ਦਾ ਫਸਟ ਜਿਹੜੀ ਕਿ অপਸ਼ਨ ਅਨਸਰ ਬਣ ਰਹੀ ਹੈ ਨੈਕਸਟ ਆਪਾਂ ਦੇਖਦੇ ਆ ਬੱਚੋ ਡੈਸ਼ ਇਜ਼ ਦੀ ਬੇਸ ਕੈਂਪ ਆਫ ਟ੍ਰੀਕ ਆਫ ਵੈਲਿਸ ਆਫ ਫਲਾਵਰ ਤਾਂ ਇਸ ਦਾ ਅਨਸਰ ਕੀ ਬਣੂਗਾ ਡੈਸ਼ ਇਜ਼ ਦੀ ਬੇਸ ਕੈਂਪ ਆਫ ट्रिग ऑफ वैली फ्लावर ਦਾ ਤੁਸੀਂ ਉੱਪਰ ਦੇਖ ਸਕਦੇ ਹੋ ਮੇ ਰਿਡ ਤਾਂ ਇਸ ਦਾ ਅਨਸਰ ਜਿਹੜਾ ਹੈਗਾ ਉਹ ਰਾਈਟ ਆਪਸ਼ਨ ਕੀ ਆਪਸ਼ਨ A ਨੈਕਸਟ ਦੇਖਦੇ ਨੇ ਨੇਮ ਸਮ ਫਲਾਵਰ ਫਾਊਂਡ ਇਨ ਵੈਲਿਸ ਤਾਂ ਵੈਲਿਸ ਦੇ ਵਿੱਚ ਕਿਹੜੇ-ਕਿਹੜੇ ਇੱਕ ਹੈਗੇ ਆ ਬ੍ਰह्म कमल ਤੇ ਇੱਕ ਹੈਗਾ ਬਲੂ ਪੋਪੀ ਤੇ ਇੱਕ ਜਿਹੜਾ ਹੈਗਾ ਕੋ ਕੋਬਰਾ ਲੀਲੀ ਤਾਂ ਇਸ ਦੀ ਕਿਹੜੀ ਹੈ ਸੈਕੰਡ ਆਪਸ਼ਨ ਥਰਡ ਆਪ ਬੀ ਆਪਸ਼ਨ ਜਿਹੜੀ ਕੀ ਰਾਈਟ ਅਨਸਰ ਹੈ ਆਕੇ ਕਿ ਵਿਚ ਇਜ਼ ਦੀ ਬੈਸਟ ਟਾਈਮ ਟੂ ਵਿਜ਼ਿਟ ਦੀ ਪਲੇਸ ਤੇ ਨੈਕਸਟ ਆ ਗਿਆ ਏ ਆਪਸ਼ਨ ਜੂਨ ਜੁਲਾਈ ਅਗਸਟ ਨੈਕਸਟ ਹੈਗਾ ਵੈਨ ਇਜ਼ ਦੀ ਵੈਲੀ ਕਲੋਜ਼ਡ ਟੂ ਦੀ ਪਬਲਿਕ ਫੋਰ ਦੀ ਪਬਲਿਕ ਤੇ ਪਬਲਿਕ ਲਈ ਜਿਹੜੀ ਵੈਲੀ ਆ ਕਦੋਂ ਕਲੋਜ਼ਡ ਹੋ ਜਾਂਦੀ ਹੈ ਵੈਨ ਦੀ ਸਨੋ ਫਾਲ ਸਟਾਰਟ ਇਨ ਅਕਤੂਬਰ ਤੇ ਅਕਤੂਬਰ ਦੇ ਵਿੱਚ ਇਹੜੀ ਕਲੋਜ਼ ਹੋ ਜਾਂਦੀ ਹੈ ਨੈਕਸਟ ਹੈਗਾ ਸਟੱਡੀ ਦੀ ਗਿਵਨ ਪੋਸਟਰ ਐਂਡ ਅਨਸਰ ਕਰਨੇ ਆ ਫੋਲੋਇੰਗ ਕੁਐਸਚਨ ਦੇ ਫਰਸਟ ਜਿਹੜਾ ਪੋਸਟਰ ਹੈਗਾ ਬ੍ਰਿੰਗ ਲਾਈਟ ਇਨ ਦੀ ਡਾਰਕ ਵਰਲਡ ਆਫ ਦੀ ਬਲਾਈਂਡ ਡੋਨੇਟ ਕਰਨੇ ਆ ਆਪਣੇ ਆਖਾ ਠੀਕ ਹੈ ਉਸ ਦੇ ਰਿਲੇਟਡ ਹੈ ਕੋਰਨੀਅਲ ਬਲਾਈਂਡਨੈਸ ਕੈਨ ਬੀ ਕਯੂਰਡ ਓਨਲੀ ਬਾਏ ਅ ਕੋਰਨੀਅਲ ਗ੍ਰੈਫਟਿੰਗ ਫਰੋਮ ਡੋਨੇਟਡ ਨੋਟ ਦਿਸ ਫਿਊਜ਼ ਨੈਸ਼ਨਲ ਪ੍ਰੋਗਰਾਮ ਫॉर ਕੰਟਰੋਲ ਬਲਾਈਂਡਨੈਸ ਦੇ ਲਈ ਹੈਗਾ ਫਰਸਟ ਕੁਐਸਚਨ ਹੈਗਾ ਵਾਟ ਇਜ਼ ਦੀ ਥੀਮ ਥੀਮ ਆਫ ਕੀ ਹੈ ਜੀ ਹੈਗੇ ਬ੍ਰਿੰਗ ਲਾਈਟ ਇਨ ਦੀ ਡਾਰਕ ਤਾਂ ਆਈ ਡੋਨੇਸ਼ਨ ਤੇ ਹੈਗੀ ਇਹ ਨੈਕਸਟ ਹੈਗਾ ਹੂ ਕੈਨ ਡੋਨੇਟ ਆਈਸ ਕੋਨ ਕਰ ਸਕਦਾ ਆਪਣਾ ਡੋਨੇਟ ਐਨੀਵਨ ਤਾਂ ਇਸ ਦਾ ਆਨਸਰ ਆਪਾਂ ਐਨੀਵਨ ਲਗਾ ਕੇ ਆਵਾਂਗੇ ਕੋਈ ਵੀ ਡੋਨੇਟ ਕਰ ਸਕਦਾ ਹੈ नैक्सट है द गिवन पोस्टर हैज़ बिन इशुड बाय इशुड बाय मैं थोड़ा दसिया नैशनल प्रोग्राम फॉर कंट्रोल ब्लाइंडस तो इस ऑप्शन हैगी फस्ट नैक्सट हैगा आफ्टर टेकिंग प्लज एंड ओपटेनिंग कंसेंट ऑफ फैमिली वन शुड इनफॉर्म नीयरस्ट अपने नीयरैसट कितने करना है इनफॉम आई बैंक तो तीन कि लगा के आओगे आई बैंक तो हाउ कैन कॉर्नीयल ब्लाइंड भी क्योरड कि कर सकते अपना ग्रे फैटिंग ਫਰੋਮ ਡੋਨੇਟਿੰਗ ਆਇਸ ਤਾਂ ਇਸ ਦਾ ਆਪਸ਼ਨ ਹੈ ਗਿਆ ਫਰਸਟ ਨੈਕਸਟ ਦੇਖਦੇ ਆ ਰੀਡ ਦੀ ਗਿਵਨ ਕਨਵਰਸੇਸ਼ਨ ਰੀਡ ਕਰਨੀ ਹੈ ਫਿਰ ਆਨਸਰ ਕਰਨੇ ਆ ਜਿਹੜੇ ਨੀਚੇ ਤੁਹਾਨੂੰ ਕੁਐਸਚਨ ਦਿੱਤੇ ਹੋਏ ਤਾਂ ਤੁਸੀਂ ਪੇਪਰ ਦੇ ਵਿੱਚ ਵੀ ਧਿਆਨ ਨਾਲ ਰੀਡ ਕਰਨੀ ਹੈ ਫਾਦਰ ਆਈ ਏਮ ਸੌਰੀ ਟੂ ਹੇਅਰ ਯੂ ਹੈਵ ਫੇਲਡ ਦੀ ਐਗਜ਼ਾਮੀਨੇਸ਼ਨ ਰਾਗਵ ਸੋ ਆਈ ਏਮ ਫਾਦਰ ਇਟ ਵਾਸ ਜਸਟ ਮਾਈ ਬੈਡ ਲੱਕ ਅਗੇ ਫਾਦਰ ਸੋ ਯੂ ਥਿੰਕ ਦੈਟ ਦੂ ਪਾਸਟ অর ਫੇਲ ਐਗਜ਼ਾਮੀਨੇਸ਼ਨ ਇਜ਼ ਮੈਟਰ ਆਫ ਗੁੱਡ ਲੱਕ অর ਬੈਡ ਲੱਕ ਫਿਰ raghav kanda yes father father kanda you are wrong my son you have studied enough science to know that nothing happens by chance raghav well i don't know some people seems to be lucky and others unlucky i am thinking i am one of unlucky ones and father, you talk nonsense. Most of people who are called lucky have good fortune, and because they work for it, and so called unlucky people miss it uh, because they are lazy or stupid, they don't work hard. For Raghav, then you mean that I am failed because I am lazy and stupid, father? Well, I think we're probably one or other. I am sorry father I will work hard and try to score ne well next time. ਫਿਰ ਜਿਹੜੀ ਕਨਵਰਸੇਸ਼ਨ ਬਿਟਵੀਨ ਕੀਤੀ ਹੈਗੀ ਫਾਦਰ ਐਂਡ ਸੰਦ ਤੇ ਉਹ ਤੁਸੀਂ ਕਿਸ ਨੂੰ ਟਿਕ ਕਰਕੇ ਆਉਂਗੇ ਸੀ ਆਪਸ਼ਨ ਨੈਕਸਟ Who has failed in the examination कौन फेल्ड हो गया राघव ਨੈਕਸਟ who is given opinion that nothing happiness by chance राघव ਇਸ ਫਰੈਂਡ ਠੀਕੀ ਦਾ opinion ਸੀਗਾ ਫਾਦਰ ਦਾ ਨੈਕਸਟ ਹੈਗਾ good fortune is the result of hard work ਤੇ ਤੁਸੀਂ ਤਾਂ ਕਿਸੇ ਨਾਲ ਕਿਹਾ ਹਾਰਡ ਵਰਕ ਦਾ ਤੇ अकॉर्डिंग टू द ਫਾਦਰ ਵਾਈਵਰ ਡਾਗੇ ਫੇਲਡ ਇਟ ਵਾਸ ਇਟ ਇਟ ਇਜ਼ ਨੋਟ ਵਰਕਿੰਗ ਹਾਰਡ ਹੀ ਹੈਡ ਨੋਟ ਹੀ ਹੈਡ ਨੋਟ ਵਰਕਿੰਗ ਹਾਰਡ ਹੀ ਵਰਕਡ ਹਾਰਡ ਤੇ ਸੈਕਸ਼ਨ ਬੀ ਦੇ ਵਿੱਚ ਲਿਟਰੇਚਰ ਆਊਗੀ ਲਿਟਰੇਚਰ ਦੇ ਵਿੱਚ ਤੁਹਾਨੂੰ ਜਿਹੜੇ ਕੁਐਸਚਨ ਆਨਸਰ ਹੋਣਗੇ ਤੁਸੀਂ ਆਪਣੀ ਬੁੱਕਾਂ ਦੇ ਵਿੱਚ ਉਹ ਕਰਨੇ ਨੇ ਵਟ ਵਾਸ ਦੀ ਨਰੇਟਰ ਆਬਜੈਸਡ ਵਿਦ ਤੇ ਵੈਲਿਊ ਆਫ ਮਨੀ ਵਾਲੇ ਚੈਪਟਰ ਚ ਆਇਆ ਬਹੁਤ ਇੰਪੋਰਟੈਂਟ ਹੈ ਵਟ ਡਿਡ ਦੀ ਮਦਰ ਡ੍ਰੌਪ ਅਲੋਂਗ ਦੀ ਵੇ ਦੀ ਏਜਡ ਮਦਰ ਵੇਅਰ ਡਿਡ ਦੀ ਫਾਰਮਰ ਹਾਈਡ ਹਿਸ ਮਦਰ ਦੀ ਏਜਡ ਮਦਰ ਵਿਚ ਪਲੇਸ ਡਿਡ ਸੈਂਟ ਰਵਿਦਾਸ ਚੂਜ਼ for his meditation center of vidas choy hoya how did sandeep help the sage the old sage and the ਬ੍ਰਦਰ ਤੇ ਰਾਈਟ ਡਾਊਨ ਦੀ मीनिंग ਲਿਖਣੇ ਆ ਵਰਡਸ ਦੇ ਪੰਜਾਬੀ ਹਿੰਦੀ ਡਿਨੇ ਐਂਡ ਇਨਸੈਂਸ ਐਂਡ ਫਰੈਟਿਟੀ ਐਂਡ ਟਰੈਵਲ ਐਂਡ ਫੀਚਰ ਫੀਲਿੰਗ ਦੀ ਬਲੈਂਕ ਸਕੇ ਦੀ ਸੇਜ ਗੇਵ ਆ ਪੀਸ ਆਫ ਡੈਸ਼ ਟੂ ਰਮਨ ਠੀਕ ਹੈ ਦੀ ਫਾਰਮਰ ਹੈਡ ਡੈਸ਼ ਫੀਲਡਸ ਐਂਡ 3 ਹਾਊਸਸ ਦੀ ਸੇਜ ਮੇਡ ਦੀ ਬ੍ਰਦਰਸ ਪ੍ਰੋਮਿਸ ਥੈਟ ਦੇ ਊਡ ਹੈਲਪ ਦੀ ਐਂਡ ਡੈਸ਼ ਦੀ ਨੀਡੀ ਅਗੇ ਮੇਕ ਸੈਂਟੈਂਸ ਕਰਨੇ ਨੇ ਕੇਅਰ ਡਿਸਪਲਿਨ ਟੈਂਗਲ ਐਂਡ ਡੈਸਪੋਟਿਕ ਸਟੋਰੇਜ ਠੀਕ ਹੈ ਇਹਨਾਂ ਦੇ ਨਾ ਗਿਵਨ ਸੈਂਟੈਂਸ ਮਤਲਬ ਸੈਂਟੈਂਸ ਬਣਾਣੇ ਆ ਨੈਕਸਟ ਮੈਚ ਦੀ ਕਾਲਮ ਆਏ ਹੋਏ ਨੇ ਬੈਲ ਕੰਪਿਊਟਰ ਨੂੰ ਮੈਚ ਕਰਨਾ ਹੈ ਸਿੰਗਲ ਯੂਜ਼ ਪਲਾਸਟਿਕ ਨੂੰ ਕਰਨਾ ਹੈ ਸ਼ਾਈਨਿੰਗ ਨੂੰ ਕਰਨਾ ਹੈ ਤੇ ਸੈਂਟਰ ਅਵਿਦਾਸ ਤਾਂ ਅਸੀਂ ਹੁਣ ਕਰਦੇ ਆ ਬੈਲ ਕੰਪਿਊਟਰ ਕਿਹੜੇ ਕਿੱਥੋਂ ਆਏ ਸੀ ਜਾਪਾਨ ਤੋਂ ਸਿੰਗਲ ਯੂਜ਼ ਪਲਾਸਟਿਕ ਜਿਹੜੀ ਕੀ ਆਈ ਹੈ ਲਾਸਟ ਫੋਰਐਵਰ ਸ਼ਾਈਨਿੰਗ centrabidas banaras bell computer japan shining the fastest process no sorry ਬਸ ਆ ਦੋਨਾਂ ਦੇ ਵਿੱਚ ਆਪਾਂ ਮਿਸਟੇਕ ਕਰਤੀ ਜੇ ਸਿੰਗਲ ਫਾਸਟੈਸਟ ਪ੍ਰੋਸੈਸ ਆ ਸਿੰਗਲ ਯੂਜ਼ ਤੇ ਸ਼ਾਈਨਿੰਗ ਲਾਸਟ ਫੋਰਐਵਰਸ ਤੇ ਇਹ ਠੀਕ ਹੈ ਨੈਕਸਟ ਆ ਗਿਆ ਰੀਡ ਸਟੈਂਜਾ ਕਰਨਾ ਇਸ ਦੇ ਵਿੱਚ ਨੇਮ ਦੀ ਪੋਇਮ ਤੇ ਪੋਰਟ ਦਾ ਨੇਮ ਦੱਸਣਾ ਤੇ ਵਾਟ ਇਜ਼ ਦੀ ਲਾਈਫ ਫੁੱਲ ਆਫ ਕੇ ਇਸ ਹੈ ਕੀ ਵਾਟ ਡਸ एवरीवन ਯੂਜ਼ ਸਮ ਥਿੰਗਸ ਲਰਨ ਠੀਕ ਹੈ ਆਨਸਰ ਕਰਨੇ ਲੋ ਕੁਐਸਚਨ ਆ ਦੇ ਵਾਟ ਡਸ ਦੀ ਅਰਥ ਵਾਂਟ ਫਰਮ ਹਿਊਮਨ ਬੀਇੰਗਸ ਐਂਡ ਵਾਟ ਆਰ ਸਮ ਸਿੰਗਲ ਯੂਜ਼ ਪਲਾਸਟਿਕ ਥਿੰਗ ਥੈਟ ਵੀ ਵਾਈ ਐਂਡ ਯੂਜ਼ ਨੈਕਸਟ ਵੋਕੈਬਲਰੀ ਹੈ ਗਿਆ ਗਿਵ ਵਨ ਵਰਡ ਆਫ ਦੀ ਫੋਰ ਦੀ ਫਾਲੋਇੰਗ ਵਰਡ ਦੀ ਆਰਟ ਆਫ ਬਿਊਟੀ ਹਾਰਡ ਵਰਕ ਹਾਰਡ ਰਾਈਟਿੰਗ ਅ ਪਰਸਨ ਹੂ ਈਟਸ ਟੂ ਮਚ ਐਂਡ ਦੀ ਗੇਮ ਇਨ ਨੋ ਵਨ ਵਿਨਸ ਤੇ ਗਿਵ ਵਨ ਵਰਡ ਦੇਣਾ ਇਹਨਾਂ ਦੇ ਠੀਕ ਹੈ ਅਗੇ ਐਟ ਦੀ ਰਾਈਟ ਪ੍ਰੀਫਿਕਸ ਟੂ ਦੀ फॉर प्रीफिक्स मतलब अगे कुछ लगा के ना न्यू वर्ड बनाने ने डिसहोनैसट हो गया अन्पोसीबल हो गया अनहैपनिंग ठीक है तो लगा के मैं बना चुकी हूँ तुम्हें भी अपने बनाने ने डू एज डायरक्ट करने ने इंटेरोगेटिव सेंटेंस लिए क्वेश्चन नो इस नोट लगाना है डू नोट लगेगा वैसे क्योंकि प्रेजेंट सिंपल टेंस है वट इज़ अ लवली स्केन असरटिव लगाने ठीक है डैश बुक इज माइन एंड डैश इज योअर डिटरमिट लैना है द बुक इज माइन एंड इट्स is your theek hai it is your okay she is very and very <coughs> and very good player okay he has a many much money bees flow in punjab rewrite karna hai after correct kyunki uh, thoda is mistake hai radical reading the newspaper pick out the main verb reading theek hai next the policeman arrested the thief verb sentence transet transetive to intransetive banani hai गोल्ड इज डैश दैन सिल्वर अप्रोपरेट डिग्री ऑफ लगाने एक्सपेंसिव ठीक है एक्सपेंसिव होगा ही इज वेरी इल है ही कांट ईट एनीथिंग कंबाइन करना टू ही इज वेरी इल सो ही कांट ईट ही एक बार लिखा जाओगे ही इज वेरी इल एंड ही एंड ही ਕਾਂਟ ਈਟ ਐਨੀਥਿੰਗ ਸਵੀਮਿੰਗ ਇਜ਼ ਅ ਗੁੱਡ ਐਕਸਰਸਾਈਜ਼ ਅੰਡਰਲਾਈਨ ਕਰਨਾ ਜਰ ਨੂੰ ਤੇ ਸਵੀਮਿੰਗ ਦੇ ਉੱਥੇ ਲਗਾ ਦਿਓ ਤੁਸੀਂ ਅੰਡਰਲਾਈਨ ਇਟ ਇਜ਼ ਈਜ਼ੀ ਡੈਸ਼ ਮੇਕ ਮਿਸਟੇਕ ਨੋਨ ਇਨਫਿਨਾਈਟ ਲਗਾਣਾ ਹੈ ਠੀਕ ਹੈ ਨੈਕਸਟ ਤੁਹਾਨੂੰ ਐਪਲੀਕੇਸ਼ਨ ਆਉਗੀ ਐਪਲੀਕੇਸ਼ਨ ਵੀ ਬਹੁਤ ਇੰਪੋਰਟੈਂਟ ਹੈ ਦੋਨੇ ਐਪਲੀਕੇਸ਼ਨ ਆ ਪੜ ਕੇ ਜਾਓ ਕੋਈ ਵੀ ਆ ਸਕਦੀ ਹੈ ਕਿਉਂਕਿ ਇਸ ਪੇਪਰ ਦੇ ਵਿੱਚੋਂ ਤਾਂ ਸਾਰਾ ਹੀ ਪੇਪਰ ਆਊਗਾ ਮੈਨੂੰ ਐਵੇਂ ਲੱਗਦਾ ਹੈ ਪਰ ਤੁਸੀਂ ਸਾਰਾ ਪੜਿਓ ਠੀਕ ਹੈ ਜਿਹੜੇ ਬੱਚੇ ਵੀਡੀਓ ਐਂਡ ਤੱਕ ਦੇਖਦੇ ਨੇ ਕਮੈਂਟ ਕਰਕੇ ਦੱਸਿਓ ਠੀਕ ਹੈ ਨੈਕਸਟ ਰਾਈਟ ਦੀ ਸਟੋਰੀ ਯੂジング 기ਵਨ ਹਿੰਟਸ ਠੀਕ ਹੈ ਸਟੋਰੀ ਲਿਖਣੀ ਹੈ ਸਟੋਰੀ ਮਤਲਬ ਤੁਸੀਂ ਇੱਕ ਅ ਜਿਹਾ ਸ਼ਾਇਦ ਉਹ ਵਾਲੀ ਹੈ ਡੌਗ ਜਿਹੜਾ ਪਾਣੀ ਪਿੰਦਾ ਹੈ ਉਹ ਗ੍ਰੇਟ ਲਾਲਚੀ ਕੁੱਤਾ ਠੀਕ ਹੈ ਨੈਕਸਟ ਆ ਗਿਆ ਫੈਲਟ ਸਕੁਅਰ ਜਿਹੜੇ ਵੀ ਤੁਹਾਨੂੰ ਲੱਗ ਰਹੀ ਹੈ ਕਿ ਉਹ ਵਾਲੀ ਆ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਨੈਕਸਟ ਜਿਹੜੇ ਤੁਹਾਨੂੰ ਆ ਗਏ ਆ ਡਾਇਲੋਗ ਰਾਈਟਿੰਗ ਤੇ ਡਾਇਲੋਗ ਫਾਦਰ ਅਵਰ ਸਨ ਦੇ ਵਿੱਚ ਟੀਚਿੰਗ ਹਿਸ ਸਨ ਟੂ ਮੇਕ ਅ ਟੀ ਤੁਸੀਂ ਡਾਇਲੋਗ ਰਾਈਟ ਕਰਨੀ ਆ ਟਰਾਂਸਲੇਟ ਫਰਮ ਇੰਗਲਿਸ਼ ਟੂ ਪੰਜਾਬੀ ਕਰਨੇ ਆ ਇੰਗਲਿਸ਼ ਦੇ ਵਿੱਚੋਂ ਵਿੱਚ ਲਿਖਣੇ ਆ ਤੇ ਪੰਜਾਬੀ ਦੇ ਹੁਣ ਇੰਗਲਿਸ਼ ਚ ਲਿਖਣੇ ਆ ਬਾਕੀ ਤੁਹਾਨੂੰ ਗੁੱਡ ਹੈਡ ਰਾਈਟਿੰਗ ਦੇ ਮਾਰਕਸ ਮਿਲੂਗੇ ਤਾਂ ਤੁਹਾਡਾ ਇਹ ਇੰਗਲਿਸ਼ ਦਾ ਪੇਪਰ ਸੀ ਬਹੁਤ ਇੰਪੋਰਟੈਂਟ ਪੇਪਰ ਹੈ ਜਿਹਨਾਂ ਨੇ ਵੀਡੀਓ ਐਂਡ ਤੱਕ ਦੇਖਿਆ ਉਹਨਾਂ ਲਈ ਬਹੁਤ ਫਾਇਦੇਮੰਦ ਰਹੂਗੀ ਤੇ ਕਮੈਂਟ ਕਰਕੇ ਦੱਸਿਓ ਥੈਂਕ ਯੂ ਚੈਨਲ ਸਬਸਕ੍ਰਾਈਬ ਕਰ ਲਓ